ਜਦੋਂ ਆਡੀਅੰਸ ਇਹ ਗੱਲ ਬਾਰੇ ਕਹੂਗੀ ਕਿ ਹਾਂ ਯਾਰ ਤੁਸੀਂ ਆਪਣਾ ਕੰਮ ਕਰਕੇ ਤੁਸੀਂ ਨਵਾਂ ਕੁਛ ਲੈ ਕੇ ਆਏ, ਆਡੀਅੰਸ ਦੇ ਮੂੰਹੋਂ ਸੁਣਨਾ, ਅਸੀਂ ਆਪਣੇ ਮੂੰਹੋਂ ਕਹਿੰਦੇ ਚੰਗੇ ਨਹੀਂ ਲੱਗਦੇ। ਸੋ ਸਾਡੀ ਜਿਹੜੀ ਇੱਕ ਪਹਿਲੀ ਵਾਰ ਦੇਖਣ ਦੀ ਐਕਸਾਈਟਮੈਂਟ ਹੁੰਦੀ ਆ ਕੁਛ ਹੋਰ ਹੁੰਦੀ ਹੈ, ਸਿਨੇਮੇ 'ਚ ਦੇਖਦੇ ਹਾਂ ਐਕਸਾਈਟਮੈਂਟ ਹੋਰ ਹੁੰਦੀ ਹੈ। ਬਟ ਮੇਰਾ ਇੰਨਾ ਤਜਰਬਾ ਹੋ ਗਿਆ ਬਹੁਤ ਸਾਰੇ ਰਿਵਿਊਜ਼ ਦੇਖ ਕੇ, ਫਸਟ ਡੇ ਵਾਲੇ ਜਿਹੜੇ ਤੁਸੀਂ ਪਾਉਂਦੇ ਵੀ ਲੇਕਿਨ ਔਰ ਡਿਫਰੈਂਟ ਐਕਟਰ ਕਰਕੇ ਹਰ ਐਕਟਰ ਨੂੰ ਮਜ਼ਾ ਆਉਂਦਾ, ਮੈਨੂੰ ਬਹੁਤ ਮਜ਼ਾ ਆਇਆ। ਜਿਵੇਂ ਮਨੁੱਖ ਦੇ ਅੰਦਰ ਚੰਗੀਆਂ ਮਾੜੀਆਂ ਚੀਜ਼ਾਂ ਹੁੰਦੀਆਂ ਉਵੇਂ ਸਿਲੈਕਟ ਇੱਕ ਕਰਕੇ ਇਹਦੇ ਵਿੱਚ ਜਦ ਤੱਕ ਆਡੀਅੰਸ ਦਾ ਰਿਸਪੌਂਸ ਨਹੀਂ ਆਉਂਦਾ ਉਦੋਂ ਤੱਕ ਸਾਡੀਆਂ ਫੀਲਿੰਗਾਂ ਦਬੀਆਂ ਰਹਿੰਦੀਆਂ ਨੇ। ਸਲਾਹ ਕਰਕੇ ਭਾਅ ਜੀ ਇਹ ਚੇਂਜ ਚਾਹੀਦਾ ਜਾਂ ਡੱਬਿੰਗ ਦੇ ਵਿੱਚ ਭਾਅ ਜੀ ਮੈਂ ਆਵਾਜ਼ ਚੇਂਜ ਕਰਨੀ ਆ, ਬਦਲਣੀ ਆ ਤਿੰਨਾਂ ਕਰੈਕਟਰਾਂ ਨਾਲ, ਇਹ ਮਿਲ ਜੁਲ ਕੇ ਮੈਂ ਸਾਰੀ ਟੀਮ ਨੂੰ ਕ੍ਰੈਡਿਟ ਦਿੰਦਾ, ਮੇਰੇ ਇਕੱਲੇ ਦਾ ਨਹੀਂ ਹੈਗਾ, ਟੀਮ ਕੰਮ ਲੈਂਦੀ ਆ, ਡਾਇਰੈਕਟਰ ਕੰਮ ਲੈਂਦਾ ਦੋਤੋਂ, ਕਿਤਾਬ ਹੈ ਵੀਰੇ ਇਹਦੇ, ਕੋਈ ਅਗਲੀ ਫਿਲਮ ਕਰਾਂਗੇ ਅਸੀਂ। ਮਤਲਬ ਇਹ ਨਹੀਂ ਹੈਗਾ ਬਲੈਕ ਵਰਲਡ ਦਿਖਾਇਆ, ਬਟ ਬਲੈਕ ਵਰਲਡ ਦੇ ਨਾਲ ਇੱਕ ਅਸੀਂ ਇਹ ਵੀ ਦਿਖਾਇਆ ਕਿ ਉਹ ਕਾਲੇ ਜਿਹੜੇ ਧੰਦੇ ਹੈਗੇ ਜਾਂ ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਲਵਲੀਨ ਅਤੇ ਤੁਸੀਂ ਦੇਖ ਰਹੇ ਹੋ ਫਾਈਵ ਵੁੱਡ। ਅਤੇ ਜੀ ਸਿਨੇਮਾਜ਼ ਦੇ ਵਿੱਚ 8 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ ਬਲੈਕੀਆ 2, ਅਤੇ ਅਸੀਂ ਆ ਪਹੁੰਚੇ ਇਸ ਫਿਲਮ ਦੇ ਪ੍ਰੀਮੀਅਰ 'ਤੇ। ਲੈਟਸ ਸੀ ਅੱਜ ਸਾਡੇ ਵਿੱਚ ਕਿਹੜੇ ਕਿਹੜੇ ਸਟਾਰਜ਼ ਸ਼ਾਮਿਲ ਹੋਣਗੇ, ਤੁਹਾਨੂੰ ਦੱਸਾਂਗੇ ਕਿ ਸਾਰਿਆਂ ਨੂੰ ਇਹ ਫਿਲਮ ਕਿਹੋ ਜਿਹੀ ਲੱਗੀ। ਆਓ ਚੱਲਦੇ ਹਾਂ। ਸਾਡੀ ਤਾਂ ਵੀਰੇ ਨੋਰਮਲੀ ਫੀਲਿੰਗ ਹੈ ਜਿਵੇਂ ਫਿਲਮਾਂ ਸਾਰੀਆਂ ਕਰਦੇ ਹਾਂ ਨਿਕਲਦੇ ਉਵੇਂ ਹੀ ਆ, ਜਦ ਤੱਕ ਆਡੀਅੰਸ ਦਾ ਰਿਸਪੌਂਸ ਨਹੀਂ ਆਉਂਦਾ ਉਦੋਂ ਤੱਕ ਸਾਡੀਆਂ ਫੀਲਿੰਗਾਂ ਦਬੀਆਂ ਰਹਿੰਦੀਆਂ ਨੇ, ਫੀਲਿੰਗਾਂ ਖੁੱਲ ਕੇ ਨਹੀਂ ਆਉਂਦੀਆਂ ਕਿਉਂਕਿ ਜਿਹੜੇ ਸ਼ੋਅ ਅਸੀਂ ਰੱਖਦੇ ਹਾਂ ਫਸਟ ਡੇ ਉਹ ਸਾਡੇ ਆਪਣੇ ਲੋਕ ਹੁੰਦੇ ਨੇ, ਉਹ ਕਹਿ ਦੇਣਾ ਬੱਲੇ 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 ਬਹੁਤ ਵਧੀਆ, ਉਹਨਾਂ ਨੇ ਕਹਿਣਾ ਹੀ ਹੁੰਦਾ ਪੂਰੇ ਕਿਉਂਕਿ ਆਪਦੇ ਬੁਲਾਏ ਹੁੰਦੇ ਆ, ਕੋਈ ਮਾੜਾ ਨਹੀਂ ਕਹਿੰਦਾ। ਇਹ ਤਾਂ ਉਦੋਂ ਪਤਾ ਲੱਗੂਗਾ ਜਦੋਂ ਔਰਗੈਨਿਕ ਤੁਸੀਂ ਲੋਕਾਂ 'ਚ ਬੜੋਗੇ, ਫਿਲਮ ਅਸੀਂ ਲੋਕਾਂ ਲਈ ਬਣਾਈ ਆ, ਲੋਕ ਨੱਸਣਗੇ ਅਸੀਂ ਆਪਣੇ ਮੂੰਹੋਂ ਕੁਛ ਨਹੀਂ ਬੋਲ ਸਕਦੇ। ਜਿੱਦਾਂ ਤੁਸੀਂ ਕਰੈਕਟਰ ਦੇ ਬਾਰੇ ਦੇ ਉਹ ਆਪਣੇ ਆਪ ਵਿੱਚ ਇੱਕ ਚੈਲੰਜ ਸੀਗਾ, ਉਹ ਚੀਜ਼ ਨੂੰ ਤੁਸੀਂ ਕਿੱਦਾਂ ਵੇਖਦੇ ਹੋ, ਕਿੰਨਾ ਕੰਮ ਕਰਦੇ ਸੀਗੇ? ਕੋਈ ਵੀ ਕੰਮ ਮਿਹਨਤ ਨਾਲ ਹੁੰਦਾ, ਜੇ ਤਿੰਨਾਂ ਕਰੈਕਟਰ ਮੇਰੇ ਮੈਂ ਕੀਤੇ ਨੇ ਚੈਲੰਜ ਤਾਂ ਸੀਗਾ, ਜਿੰਨਾਂ ਨੂੰ ਅਲੱਗ ਅਲੱਗ ਕਰਨਾ ਉਹ ਮੈਂ ਕਿੰਨਾ ਕਰ ਸਕਿਆ, ਉਹ ਵੀ ਕੱਲ੍ਹ ਨੂੰ ਆਡੀਅੰਸ ਦੱਸੂਗੀ, ਤੁਸੀਂ ਲੋਕ ਨੂੰ ਜੱਜ ਕਰਨ ਵਾਲੇ, ਮੈਂ ਤਾਂ ਤੁਹਾਨੂੰ ਕੰਮ ਕਰਨ ਵਾਲਾ, ਮੈਂ ਆਪਣੇ ਆਪ ਨੂੰ ਜੱਜ ਕਰਦਾ। ਚੈਲੰਜਿੰਗ ਕਾਫੀ ਹੋਗਾ ਬਿਕੋਜ਼ ਪੋਲੀਟੀਸ਼ੀਅਨ ਤਾਂ ਮੈਂ ਹੈ ਨਹੀਂ, ਔਰ ਨਾ ਹੀ ਉਹ ਜਿਹੜਾ ਸੈਟਅਪ ਸਭ ਦਿਖਾਇਆ ਕਰੀਮਪੁਰੀ ਵਾਲਾ ਉਹਦੇ ਨਾਲ ਕੋਈ ਉਹ ਹੈ ਸੀਗਾ, ਬਟ ਉਹ ਕਨੈਕਸ਼ਨ ਕ੍ਰੀਏਟ ਕੀਤਾ ਅਤੇ ਕਾਫੀ ਚੈਲੰਜਿੰਗ ਸੀਗਾ। ਇੱਧਰੋਂ ਸਮਲ ਭਾਜੀ, ਸੁਖੀ ਭਾਜੀ, ਪਰੁਸ਼ੀ ਜੀ, ਸਾਰੇ ਅੱਗੇ ਆਓ ਭਾਜੀ। ਜਿਹਦੇ ਵਿੱਚ ਹਰ ਇੱਕ ਕਿਰਦਾਰ ਆਪਣੀ ਆਪਣੀ ਭੂਮਿਕਾ ਨਿਭਾ ਰਿਹਾ ਸੀ, ਔਰ ਬਹੁਤ ਹੀ ਸੋਹਣੀ ਵਧੀਆ ਫਿਲਮ ਬਣਾਈ। ਥੈਂਕ ਯੂ, ਨਹੀਂ ਬਹੁਤ ਵਧੀਆ ਲੱਗੇ ਜੀ, ਔਰ ਖਾਸ ਕਰਕੇ ਦੇਵ ਨਾਲ ਛੋਟਾ ਭਰਾ ਮੇਰਾ
ਅਤੇ ਨਵਨੀਤ ਜੀ ਬੜਾ ਪਿਆਰ ਨਾਲ ਇਹਨਾਂ ਨੇ ਮੇਰੇ ਕੋਲ ਕੰਮ ਕਰਵਾਇਆ। ਇਹਨਾਂ ਦੇ ਪਿਤਾ ਜੀ ਬਹੁਤ ਹੀ ਪਿਆਰੇ ਕਲਚਰ ਦਾ, ਯਾਨੀ ਸਾਡੇ ਸਾਰੇ ਕਲਾਕਾਰਾਂ ਨੇ ਬਹੁਤ ਸੋਹਣਾ ਕੰਮ ਕੀਤਾ। ਉਸ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਪਰਿਵਾਰਾਂ ਦੇ ਨਾਲ ਤੁਸੀਂ ਫਿਲਮ ਦੇਖਣ ਆਓਗੇ ਨਾ, ਤੁਹਾਨੂੰ ਸਵਾਦ ਆਏਗਾ। ਬਸ ਇੰਨੀ ਬੇਨਤੀ ਕਰਨੀ ਹੈ, ਜ਼ਰੂਰ ਆਓ। ਸੈਮੁਅਲ ਭਾਜੀ ਦਾ ਦੇਖਿਆ ਹੋਣਾ ਤੁਸੀਂ ਕੈਰੇਕਟਰ, ਹੈ ਨਾ। ਮੇਰੇ ਖਿਆਲ ਨਾਲ ਪਹਿਲੀ ਵਾਰ ਹੋਇਆ ਹੈ ਕਿ ਜਿਹੜੇ ਕਰੈਕਟਰਸ ਕਹਿ ਲਓ ਕਿ ਨੈਗੇਟਿਵ ਕਰੈਕਟਰਸ ਨੇ ਨਾ, ਉਹ ਪੋਜ਼ਿਟਿਵ ਕਰੈਕਟਰ ਤੇ ਭਾਰੀ ਪੈਂਦੇ ਦਿਖੇ ਨੇ ਬਹੁਤ ਜਗ੍ਹਾ ਤੇ। ਕਹਿ ਲਓ ਕਿ ਕਸ਼ਮਕਸ਼ ਨਹੀਂ ਦਿਖਿਆ ਦੋਨਾਂ ਦੇ ਵਿੱਚ। ਅਕਸਰ ਹੁੰਦਾ ਹੈ ਕਿ ਜਿਹੜਾ ਪੋਜ਼ਿਟਿਵ ਕਰੈਕਟਰ ਹੈ ਉਹਨੂੰ ਇੱਕ ਕੰਨੋਂ ਉੱਪਰ ਰੱਖਿਆ ਜਾਂਦਾ ਹੈ, ਪਰ ਇਹ ਬਰਾਬਰੀ ਦਾ ਮੁਕਾਬਲਾ ਜਿਹੜਾ ਰੱਖਿਆ ਗਿਆ, ਕਿਸ ਹਿਸਾਬ ਨਾਲ ਦੇਖਦੇ ਹੋ ਤੁਸੀਂ? ਵਧੀਆ ਗੱਲ ਹੈ, ਉਹ ਤਾਂ ਕੈਰੇਕਟਰਾਈਜੇਸ਼ਨ ਪੋਜ਼ਿਟਿਵ ਨੈਗੇਟਿਵ ਉਹ ਤਾਂ ਸਮਾਜ 'ਚ ਵੀ ਹੈ ਤੇ ਜੀ ਵਧੀਆ ਗੱਲ ਹੈ ਰਾਈਟ। ਉਹ ਰਾਈਟਿੰਗ ਦੀ ਖਾਸੀ ਹੈ ਕਿਉਂਕਿ ਉਹਨਾਂ ਦੇ ਨਾ ਆਪਣੇ ਮਤਲਬ ਕਿ ਰੰਗ ਨੇ, ਉਹਨਾਂ ਦੇ ਆਪਣੇ ਅਸੂਲ ਨੇ ਜ਼ਿੰਦਗੀ 'ਚ, ਉਹਨਾਂ ਦਾ ਇੱਕ ਤਰੀਕਾ ਜਿਹਾ ਹੁੰਦਾ ਹੈ, ਉਹ ਸਾਨੂੰ ਕਈ ਵਾਰੀ ਗਲਤ ਲੱਗਦਾ, ਉਸਨੂੰ ਸਹੀ ਲੱਗਦਾ ਹੈ। ਜਦੋਂ ਦੋਵੇਂ ਚੀਜ਼ਾਂ ਭਿੜਦੀਆਂ ਨੇ ਉਹਦੇ ਵਿੱਚ ਜਿਹੜਾ ਚੰਗਿਆੜੇ 'ਚ ਨਿਕਲਦੇ ਆ ਉਹੀ ਕਹਾਣੀ। ਇਹ ਬੇਸਿਕਲੀ ਕੀ ਹੈ ਨਾ, ਸਿਨੇਮਾ ਜਿਹੜਾ ਹੈਗਾ ਉਹ ਫਾਰਮੂਲਾ ਇੱਕ ਬਣ ਗਿਆ ਸੀ ਵੀ ਆਹ ਕਾਲੇ ਹੁੰਦੇ, ਆਹ ਗੋਰੇ ਹੁੰਦੇ, ਆਹ ਦਰਮਿਆਨੀ ਹੈ। ਹੁਣ ਨਹੀਂ, ਮਨੁੱਖ ਐਂ ਨਹੀਂ ਹੁੰਦਾ ਕਿ ਸਿਰਫ ਕਾਲਾ ਹੀ ਹੁੰਦਾ ਜੋ ਵੀ ਹੁੰਦਾ। ਹੁਣ ਚੇਂਜਸ ਆ ਰਹੀਆਂ ਸਿਨੇਮੇ ਦੇ ਵਿੱਚ ਕਿ ਜਿਹੜੀ ਤੁਹਾਡੇ ਕਰੈਕਟਰ ਨੇ, ਪਾਤਰ ਨੇ, ਜਿਵੇਂ ਮਨੁੱਖ ਦੇ ਅੰਦਰ ਚੰਗੀਆਂ ਮਾੜੀਆਂ ਚੀਜ਼ਾਂ ਹੁੰਦੀਆਂ ਉਵੇਂ ਸਿਲੈਕਟ ਕਰਕੇ ਇਹਦੇ ਵਿੱਚ ਕੀਤਾ ਗਿਆ। ਇਹ ਡਾਇਰੈਕਟਰ ਦਾ ਔਰ ਡਾਇਰੈਕਟਰ ਦਾ ਮੇਨ ਕੰਮ ਹੁੰਦਾ ਕਿ ਕਿਹੜੇ ਪੁਆਇੰਟ ਤੇ ਜ਼ੋਰ ਦੇਣਾ, ਕਿਹੋ ਜਿਹੇ ਸੀਨ ਬਿਲਡ ਕਰਨੇ ਆ। ਵੈਸੇ ਸਾਰੇ ਕਿਰਦਾਰ ਜਿੰਨੇ ਵੀ ਆਪਣਾ ਫਿਲਮ ਦੇ ਵਿੱਚ ਦੇਖੇ ਨੇ, ਸਾਰਿਆਂ ਦੇ ਬਹੁਤ ਸਾਰੇ ਰੰਗ ਫਿਲਮ ਦੇ ਜ਼ੋਰ ਨਾਲ ਬਦਲਦੇ ਹੁੰਦੇ ਆ। ਤੁਹਾਡੇ ਵੀ ਕਿਰਦਾਰ ਦੇ ਆਪਾਂ ਬਹੁਤ ਸਾਰੇ ਰੰਗ ਦੇਖੇ ਆ ਨਾ, ਆਪਾਂ ਜਾਂ ਡਿਸਕਲੋਜ਼ ਨਹੀਂ ਕਰਾਂਗੇ, ਪਰ ਕਿੱਦਾਂ ਦੇਖਦੇ ਹੋ ਜਦ ਇੱਕ ਫਿਲਮ ਦੇ ਵਿੱਚ ਇੰਨੇ ਸਾਰੇ ਕਿਰਦਾਰ, ਇੱਕੋ ਹੀ ਬੰਦੇ ਤੋਂ ਕਿਰਦਾਰ ਜਿਹੜੇ ਵੱਖ ਵੱਖ ਰੰਗ ਕਢਵਾਏ ਜਾਂਦੇ ਨੇ, ਜਾਂ ਕਿੱਦਾਂ ਦੇਖਦੇ ਹੋ, ਕਿਸ ਤਰੀਕੇ ਨਾਲ? ਯਾਰ ਮਜ਼ਾ ਆਉਂਦਾ ਜਦ ਤੁਸੀਂ ਰੰਗ ਡਿਫਰੈਂਟ ਹੁੰਦੇ, ਸਾਰੇ ਸਾਰੇ ਕਲਰ ਦਿਖਾਉਣ ਦਾ ਮੌਕਾ ਮਿਲਦਾ। ਫਿਰ ਡਾਇਰੈਕਟਰ ਵਧੀਆ ਹੋਵੇ ਸਾਡਾ, ਨਵਨੀਤ ਭਾਜੀ ਵਰਗਾ ਰਾਈਟਰ ਵਧੀਆ ਹੋਣ, ਪ੍ਰੋਡਿਊਸਰ ਵਧੀਆ ਹੋਣ, ਅਤੇ ਆਪਣੇ ਵਿੱਚ ਚੀਜ਼ਾਂ ਬਹੁਤ ਵਧੀਆ ਹੋ ਜਾਂਦੀਆਂ। ਔਰ ਡਿਫਰੈਂਟ ਕਰੈਕਟਰ ਕਰਕੇ ਹਰ ਐਕਟਰ ਨੂੰ ਮਜ਼ਾ ਆਉਂਦਾ, ਮੈਨੂੰ ਬਹੁਤ ਮਜ਼ਾ ਆਇਆ। ਔਰ ਸਾਡੀ ਟੀਮ ਬਹੁਤ ਸੋਹਣੀ ਆ, ਸਾਡਾ ਹਰ ਚੀਜ਼ ਬਹੁਤ ਪਰਫੈਕਟ ਆ। ਦੇਵ ਭਾਜੀ ਨੇ ਬਹੁਤ ਕਮਾਲ ਦਾ ਕੰਮ ਕੀਤਾ ਦੋਵਾਂ ਰੋਲਾਂ 'ਚ, ਮਤਲਬ ਮੇਰੇ ਲਈ ਅਨਐਕਸਪੈਕਟਡ ਸੀਗਾ, ਬਹੁਤ ਖੂਬਸੂਰਤ, ਬਹੁਤ ਖੂਬਸੂਰਤ। ਔਰ ਨਵਨੀਤ ਭਾਜੀ ਨੇ ਬਹੁਤ ਫਿਲਮ ਬੰਨ ਕੇ ਰੱਖੀ ਆ। ਜੋਸ਼ ਭਰਦੀ ਨੇ ਤੁਸੀਂ ਨਵਾਂ ਕੀਤਾ ਆ, ਔਰ ਇਹਦੇ ਵਿੱਚ ਜਿਹੜੀ ਆਡੀਅੰਸ ਨੂੰ ਹਮੇਸ਼ਾ ਪਿਆਰ ਕਰਦੀ ਆਈ ਆ, ਅੱਜ ਉਹ ਤੋਂ ਤੁਸੀਂ ਕੀ ਮਤਲਬ ਪਹਿਲੀ ਵਾਰ ਦੇਖਣ ਦੀ ਐਕਸਾਈਟਮੈਂਟ ਹੁੰਦੀ ਆ, ਕੁਛ ਹੋਰ ਹੁੰਦੀ ਹੈ ਸਿਨੇਮੇ 'ਚ ਦੇਖਦੇ ਹਾਂ, ਐਕਸਾਈਟਮੈਂਟ ਹੋਰ ਹੁੰਦੀ ਹੈ। ਬਟ ਮੇਰਾ ਇੰਨਾ ਤਜਰਬਾ ਹੋ ਗਿਆ ਬਹੁਤ ਸਾਰੇ ਰਿਵਿਊਜ਼ ਦੇਖ ਕੇ, ਫਸਟ ਡੇ ਵਾਲੇ ਜਿਹੜੇ ਤੁਸੀਂ ਪਾਉਂਦੇ ਹੋ ਲਿਖੇ 5 star 3 star, ਆਡੀਅੰਸ ਤੇ ਕੋਈ ਫਰਕ ਨਹੀਂ ਪੈਂਦਾ। ਆਡੀਅੰਸ ਜਿਹੜਾ ਸਿਨੇਮਾ ਉਹਨੇ ਸੋਚਿਆ ਹੁੰਦਾ ਉਹੀ ਦੇਖਣ ਜਾਂਦੀ ਹੈ, ਇਹ ਗੱਲ ਸੱਚ ਹੈ, ਮੰਨਣੀ ਪਊਗੀ ਸਾਨੂੰ। ਮੈਂ ਉਦੋਂ ਤੱਕ ਮੰਨੂੰਗਾ ਜਿਹੜੀ ਗੱਲ ਦਾ ਤੁਹਾਡੀ ਦਾ ਜਵਾਬ ਹੈ, ਜਦੋਂ ਆਡੀਅੰਸ ਇਹ ਗੱਲ ਬਾਰੇ ਕਹੂਗੀ ਕਿ ਹਾਂ ਯਾਰ ਤੁਸੀਂ ਆਪਣਾ ਕੰਮ ਕਰਕੇ ਤੁਸੀਂ ਨਵਾਂ ਕੁਛ ਲੈ ਕੇ ਆਏ ਹੋ। ਆਡੀਅੰਸ ਦੇ ਮੂੰਹੋਂ ਸੁਣਨਾ, ਅਸੀਂ ਆਪਣੇ ਮੂੰਹ ਕਹਿੰਦੇ ਚੰਗੇ ਨਹੀਂ ਲੱਗਦੇ, ਕਿਉਂਕਿ ਸਿਨੇਮਾ ਆਲਵੇਜ਼ ਆਡੀਅੰਸ ਲਈ ਬਣਾਇਆ ਜਾਂਦਾ ਹੈ। ਔਰ ਅਸੀਂ ਕੱਲ੍ਹ ਤੱਕ ਦੀ ਵੇਟ ਕਰਾਂਗੇ ਇਸ ਸਵਾਲ ਦਾ ਜਵਾਬ ਦੇਣ। ਭਾਅ ਜੀ ਇੱਕ ਨਾ ਜਾਦੂ ਦੇਖਿਆ ਤੁਹਾਡੀ ਫਿਲਮ ਦੇ ਵਿੱਚ ਮੈਂ, ਕਿ ਭਾਅ ਜੀ ਦਾ ਜਿਹੜਾ ਕਰੈਕਟਰ ਆ ਯਾਰ, ਦਾ ਜਿਹੜਾ ਕਰੈਕਟਰ ਆ ਜਵਾਨ ਦੇ ਵਿੱਚ ਲੰਬੇ ਲੰਬੇ ਵਾਲ ਨੇ, ਔਰ ਜਿਹੜਾ ਗਾਮੇ ਦੇ ਵਿੱਚ ਜਦੋਂ ਦਾੜੀ ਆ ਜਾਂਦੀ ਹੈ ਐਮ ਐਲ ਏ ਬਣ ਜਾਂਦਾ, ਉਹ ਦਰਦ ਲੋਕਾਂ ਲਈ,
ਔਰ ਮੈਂ ਭਾਅ ਜੀ ਬਾਰੇ ਵੀ ਜਿਵੇਂ ਕਰ ਚੁੱਕਿਆ ਨਾ, ਇਹ ਮੈਜਿਕ ਲੱਗਿਆ ਮੈਨੂੰ ਤਾਂ, ਹਨਾ ਇਹ ਮੈਜਿਕ ਤੁਸੀਂ ਮਹਿਸੂਸ ਕੀਤਾ ਆ ਵੀ ਜਿਵੇਂ ਬਦਲ ਜਾਂਦੀਆਂ ਨੇ ਚੀਜ਼ਾਂ, ਜਾਂ ਅਖੀਰ ਦੇ ਵਿੱਚ ਭਾਅ ਜੀ ਦਾ ਜਿਹੜਾ ਕਿਰਦਾਰ ਜਮਾਂ ਬਦਲ ਗਿਆ? ਇਹ ਵੀਰੇ ਬਹੁਤ ਸਾਰੇ ਬੰਦਿਆਂ ਦਾ ਹੱਥ ਹੁੰਦਾ, ਇਕੱਲਾ ਮੈਂ ਨਹੀਂ ਕਰਦਾ, ਇਹਦੇ ਵਿੱਚ ਮੇਰੇ ਥੀਏਟਰ ਦਾ ਵੀ ਹੱਥ ਆ ਜੋ ਮੈਂ ਥੀਏਟਰ 'ਤੇ ਕਰਕੇ ਆਇਆ। ਸੈਮਲੋ ਭਾਅ ਜੀ ਵਰਗੇ ਮੇਰੇ ਗੁਰੂ ਰਹੇ ਨੇ, ਅਜੇ ਸ਼ਰਮਾ ਭਾਅ ਜੀ ਮੇਰੇ ਦੋ ਗੁਰੂ ਦਾ ਫਿਲਮ ਦੇ ਵਿੱਚ ਹੀ ਸੀਗੇ, ਅਜੇ ਸ਼ਰਮਾ ਭਾਅ ਜੀ ਅਤੇ ਸੈਮਲ ਜੋਨ, ਫਿਰ ਮੇਰੇ ਡਾਇਰੈਕਟਰ ਖੜੇ ਨੇ ਜਿਨ੍ਹਾਂ ਨੇ ਇੰਨਾ ਕੰਮ ਕਰ ਲਿਆ, ਤਾਂ ਫਿਰ ਅਸੀਂ ਆਪ ਸਲਾਹ ਕਰਕੇ ਭਾਅ ਜੀ ਇਹ 'ਚ ਇਹ ਚਾਹੀਦਾ, ਜਾਂ ਡੱਬਿੰਗ ਦੇ ਵਿੱਚ ਭਾਅ ਜੀ ਮੈਂ ਆਵਾਜ਼ ਚੇਂਜ ਕਰਨੀ ਆ, ਬਦਲਣੀ ਆ ਤਿੰਨਾਂ ਕਰੈਕਟਰਾਂ ਨਾਲ, ਇਹ ਮਿਲ ਜੁਲ ਕੇ ਮੈਂ ਸਾਰੀ ਟੀਮ ਨੂੰ ਕ੍ਰੈਡਿਟ ਦਿੰਦਾ, ਮੇਰੇ ਇਕੱਲੇ ਦਾ ਨਹੀਂ ਹੈਗਾ, ਟੀਮ ਕੰਮ ਲੈਂਦੀ ਆ, ਡਾਇਰੈਕਟਰ ਕੰਮ ਲੈਂਦਾ ਉੱਤੋਂ। ਜਦੋਂ ਬਿੱਲਾ ਕਰਦਾ ਸੀ ਤਾਂ ਮੈਨੂੰ ਇਹ ਲੱਗਦਾ ਸੀ ਕਿਤੇ ਮੈਂ ਓਵਰ ਨਾ ਹੋ ਜਾਂ ਕਿਤੇ, ਸੋ ਮੇਰੇ ਡਾਇਰੈਕਟਰ ਨੇ ਬਹੁਤ ਕੰਟਰੋਲਡ ਕੰਮ ਮੇਰੇ ਤੋਂ ਕਰਾਇਆ, ਸੋ ਮੇਰੀ ਸਾਰੀ ਟੀਮ ਦਾ ਥੈਂਕਸ। ਫਿਲਮ ਕਦੇ ਕਿਸੇ ਇੱਕ ਬੰਦੇ ਕਰਕੇ ਨਹੀਂ ਚੱਲਦੀ, ਪੂਰੀ ਟੀਮ ਕਰਕੇ ਚੱਲਦੀ ਆ, ਉਹਦੇ ਵਿੱਚ ਬੈਕਗਰਾਉਂਡ ਮਿਊਜ਼ਿਕ ਵਾਲੇ ਦਾ ਬਹੁਤ ਵਧੀਆ ਹੱਥ ਹੁੰਦਾ, ਜਿਹਨੇ ਉਹਦੀ ਕਲਰ ਕਰੈਕਸ਼ਨ ਕੀਤੀ ਹੁੰਦੀ ਹੈ, ਜਿਹਨੇ ਫਿਲਮਾਇਆ ਹੁੰਦਾ, ਡਾਇਰੈਕਟਰ ਜਿਹੜਾ ਮੇਨ ਕੈਪਟਨ ਹੁੰਦਾ, ਔਰ ਸਾਰੇ ਇਕੱਲੇ ਇਕੱਲੇ ਕਿਰਦਾਰ ਕਰਕੇ। ਸੈਮਲ ਭਾਅ ਜੀ ਨੇ ਇੰਨਾ ਸੋਹਣਾ ਕੰਮ ਕੀਤਾ, ਰਾਜ ਝੇਂਜਰ ਨੇ, ਲੱਕੀ ਧਾਲੀਵਾਲ ਨੇ, ਜੱਗੀ ਧੂਰੀ ਨੇ, ਆਰੂਸ਼ੀ ਹੋਣ, ਚਾਹੇ ਜਪਜੀ ਖਹਿਰਾ ਜੀ ਨੇ, ਬਹੁਤ ਕਮਾਲ ਦਾ ਕੰਮ ਕੀਤਾ, ਸਾਰੇ ਕਰਕੇ ਫਿਲਮ ਟੋਟੈਲਿਟੀ ਚੱਲਦੀ ਹੈ। ਇੰਦਰਪਾਲ ਨੇ ਐਜ਼ ਅ ਸਕ੍ਰੀਨ ਪਲੇ ਡਾਇਲੌਗ, ਫਿਰ ਆਪਣੇ ਨਾਲ ਇੱਥੇ ਗੁਰਬੀਰ ਸਿੰਘ ਜੀ ਖੜਾ ਹੈ ਐਡੀਸ਼ਨਲ ਡਾਇਲੌਗ, ਮਤਲਬ ਇਹ ਐਜ਼ ਅ ਟੀਮ ਐਫਰਟ ਹੈਗਾ, ਮਤਲਬ ਡਾਇਰੈਕਟਰ ਸਾਹਿਬ, ਇਹਨਾਂ ਦੇ ਫਾਦਰ ਹਰਮੀਤ ਜੀ, ਜਾਂ ਇਹਨਾਂ ਦੇ ਬ੍ਰਦਰ ਲੰਨੂ ਜੀ, ਮਤਲਬ ਹਰ ਟੈਕਨੀਕਲ ਟੀਮ ਦਾ ਵੀ ਬਹੁਤ ਸਪੈਕਟ ਹੈਗਾ। ਐਕਟਰ ਨੇ ਆਪਣੇ ਆਪਣੇ ਕਿਰਦਾਰ ਨਿਭਾਏ, ਔਰ ਜਿਹੜੇ ਬੈਕ ਆਫ ਦੀ ਕੈਮਰਾ ਟੈਕਨੀਕਲ ਟੀਮ ਹੈ, ਉਹਨਾਂ ਨੇ ਵੀ ਆਪਣਾ ਖੂਬ ਰੋਲ ਵਧੀਆ ਨਿਭਾਇਆ, ਜਿਹਦੇ ਕਰਕੇ ਫਿਲਮ ਨਿਖਰ ਕੇ ਬਾਹਰ ਆਈ। ਬਾਕੀ ਫਿਲਮ ਦੇਖੋ, ਮੈਂ ਨਹੀਂ ਦੱਸਣਾ ਚਾਹੁੰਦਾ ਹਾਲੇ, ਲੋਕਾਂ ਨੂੰ ਦੇਖ ਲੈਣ, ਆਹ ਮੈਸੇਜ ਹੈਗਾ, ਤੁਹਾਨੂੰ ਪਸੰਦ ਆਇਆ ਤੁਹਾਡਾ ਸਾਰਾ ਪਤਾ ਹੈ, ਕਿਤਾਬ ਹੈ ਵੀਰੇ, ਇਹ ਤਾਂ ਕੋਈ ਅਗਲੀ ਫਿਲਮ ਕਰਾਂਗੇ। ਔਰ ਸੁੱਖੀ ਭਾਜੀ ਨੇ ਕਿੱਧਰ ਗਿਆ? ਅਸੀਂ ਸ਼ਰੀਕ ਮੂਵੀ ਦਾ ਕੋਵਿਡ ਪੀਰੀਅਡ ਹੋ ਗਿਆ ਸੀਗਾ, ਜੂਨ ਜੁਲਾਈ ਦਾ ਮਹੀਨਾ ਸੀ, ਤਿੰਨ ਚਾਰ ਮਹੀਨੇ ਮਿਲੇ ਨਹੀਂ ਸੀਗੇ, ਅਤੇ ਦੇਵ ਭਾਈ ਨੇ ਕਿਹਾ ਮਿਲ ਜਾਓ ਆ ਕੇ, ਪਟਿਆਲੇ ਗਏ, ਦੋ ਤਿੰਨ ਘੰਟੇ ਗੱਪਸ਼ਪ ਹੋਈ, ਇਹਨਾਂ ਨੇ ਆਈਡੀਆ ਸੁਣਾਇਆ, ਹੋਰ ਵੀ ਅਸੀਂ ਆਈਡੀਆ ਸੁਣ ਰਹੇ ਸੀ, ਬਲੈਕਿਆ ਕਰਨੀ ਸੀਗੀ, ਬਟ ਇਹਨਾਂ ਨੇ ਆਈਡੀਆ ਸੁਣਾਇਆ, ਜਿਹੜੇ ਤਿੰਨ ਸ਼ੇਡ ਦੇਵ ਫਰੋਟ ਦੇ ਰੋਲ ਦੇ ਨੇ, ਮੈਨੂੰ ਲੱਗਿਆ ਯਾਰ ਇਹ ਕਹਾਣੀ ਪੰਜਾਬ ਦੇ ਵਿੱਚ ਅੱਜ ਤੱਕ ਬਣੀ ਨਹੀਂ ਹੈਗੀ, ਔਰ ਉੱਥੋਂ ਬੀਬ ਹੋਇਆ ਗਿਆ, ਮਤਲਬ ਬਲੈਕਿਆ ਟੂ ਦਾ। ਉਸ ਤੋਂ ਬਾਅਦ ਟੀਮ ਜੁੜਦੀ ਗਈ, ਨਵਨੀਤ ਜੀ ਜੁੜੇ, ਅਦਰ ਰਾਈਟਰ ਜੁੜੇ, ਸਾਰੀ ਟੀਮ ਬਣਦੀ ਗਈ, ਟੈਕਨੀਕਲ ਟੀਮ ਬਣੀ ਗਈ, ਸਭ ਤੋਂ ਭਰੋਸਾ ਦੇਵ ਫਰੋਟ ਨੇ, ਔਰ ਜਿੱਦਾਂ ਦਾ ਇਹਨਾਂ ਨੇ ਕਿਰਦਾਰ ਸ਼ੇਡ ਨਿਭਾਇਆ, ਉਹ ਇੱਕ ਐਕਟਰ ਹੀ ਨਿਭਾ ਸਕਦਾ, ਕੋਈ ਆਮ ਬੰਦਾ ਨਹੀਂ ਨਿਭਾ ਸਕਦਾ। ਆਡੀਅੰਸ ਕੱਲ ਸਪੋਰਟ ਕਰੇ, ਜਲਦੀ ਹੀ 2025-26 ਜਿੱਦਾਂ ਦੇਵ ਭਾਈ, ਇਹ ਹੁਣ ਜ਼ਿਆਦਾ ਉਭਰ, ਬਹੁਤ ਬਿਜ਼ੀ ਐਕਟਰ ਹੋ ਗਏ, ਜਿੱਦਾਂ ਡੇਟਾ ਦੇਣਗੇ ਉਸ ਹਿਸਾਬ ਨਾਲ 25-26 ਦੇ ਵਿੱਚ ਜ਼ਰੂਰ, ਅਸੀਂ ਹੁਣ ਕੱਲ੍ਹ ਦੀ ਵੇਟ ਕਰ ਰਹੇ ਕਿ ਆਡੀਅੰਸ ਸਪੋਰਟ ਕਰੇ।
ਔਰ ਜਿਸ ਤਰ੍ਹਾਂ ਫਿਲਮ ਵਧੀਆ ਬਣੀ ਹੈ ਲੋਕ ਵੀ ਪਿਆਰ ਕਰਨ। ਅਸਲ ਮਜ਼ਾ ਤਾਂ ਹੈਗਾ ਕਿ ਲੋਕਾਂ ਦੀ ਮੋਰ ਲੱਗੇ, ਬਾਕਸ ਆਫਿਸ ਦੀ ਮੋਰ। ਅਸੀਂ ਮਤਲਬ ਇਹ ਨਹੀਂ ਹੈਗਾ ਬਲੈਕ ਵਰਲਡ ਦਿਖਾਇਆ, ਬਟ ਬਲੈਕ ਵਰਲਡ ਦੇ ਨਾਲ ਇੱਕ ਅਸੀਂ ਇੱਕ ਇਹ ਵੀ ਦਿਖਾਇਆ ਕਿ ਉਹ ਕਾਲੇ ਜਿਹੜੇ ਧੰਦੇ ਹੈਗੇ ਜਾਂ ਹੋਰ ਜਿਹੜੇ ਕੰਮ ਉੱਦਾਂ ਦੇ ਹੈਗੇ ਉਹ ਉਹਦਾ ਅੰਤ ਚੰਗਾ ਨਹੀਂ ਹੁੰਦਾ, ਮਤਲਬ ਉਹਦਾ ਅੰਤ ਨੈਗੇਟਿਵ ਹੀ ਹੈ। ਨਾਲੇ ਪੀਰੀਅਡ ਕ੍ਰੀਏਟ ਕੀਤਾ ਆਪਾਂ 70 ਦਾ, ਉਹ ਵੀ ਤੁਸੀਂ ਬੋਲੋ, ਹਾਂ ਤੁਸੀਂ ਬੋਲੋ, ਤੁਸੀਂ ਪ੍ਰੋਡਿਊਸਰ ਹੋ, ਤੁਹਾਡਾ ਫਰਜ਼ ਬਣਦਾ ਬੋਲ। ਐਕਚੁਅਲੀ ਸਭ ਬਲੈਕ ਦੀ ਬਲੈਕ ਹੀ ਹੈ, ਚਲੋ ਹੋ ਗਿਆ ਮੈਨੂੰ ਲੱਗਦਾ ਗੱਲਾਂ ਜੀ ਬੋਲਦੇ ਹੋ ਯਾਰ, ਟਾਈਮ ਵੀ ਬਹੁਤ ਹੋ ਗਿਆ। ਦੇਖ ਸਕਦੇ ਹੋ ਕਿ ਬਲੈਕੀਆ 2 ਦੀ ਕਿੰਨੀ ਜ਼ਿਆਦਾ ਤਾਰੀਫ ਹੋ ਰਹੀ ਹੈ। ਫਿਲਮ ਦੇ ਵਿੱਚ ਕਮਾਲ ਦਾ ਐਕਸ਼ਨ ਹੈ। ਹੁਣ ਤੁਹਾਡੀ ਵਾਰੀ ਹੈ, ਤੁਸੀਂ ਵੀ ਇਹ ਫਿਲਮ ਦੇਖੇ ਆਓ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ। ਮੈਂ ਮਿਲਾਂਗੀ ਤੁਹਾਡੇ ਨਾਲ ਅਗਲੀ ਵਾਰ। ਦੇਖਦੇ ਰਹੋ 5 ਵੁੱਡ। ਸਤਿ ਸ਼੍ਰੀ ਅਕਾਲ।